ਇਹ ਹੈ ਜੀ ਸਾਡੇ ਫਾਰਮ ਦਾ ਖੂਬਸੂਰਤ ਬਛੇਰਾ ਮੂਰਤ। ਮੂਰਤ ਹੈ ਸਾਡੇ ਆਪਣੇ ਘੋੜੇ ਖੁਆਬ ਦਾ ਬੱਚਾ। ਇਹ ਹੈ ਜੀ ਸਾਡਾ ਸਟੈਲੀਅਨ ਖੁਆਬ। ਹੁਣ ਤੁਸੀਂ ਵੇਖ ਰਹੇ ਹੋ ਸਾਡੇ ਫਾਰਮ ਦਾ ਇੱਕ ਹੋਰ ਬੱਚਾ ਆਜ਼ਮ। ਆਜ਼ਮ ਹੈ ਸਮੁੰਦਰ ਘੋੜੇ ਦਾ ਬੱਚਾ। ਇਸ ਵੇਲੇ ਦੀ ਉਮਰ ਕੋਈ 6-6.5 ਮਹੀਨੇ ਹੋ ਗਈ ਹੈ। ਬਹੁਤ ਚੰਗੀ ਹਾਈਟ ਅਤੇ ਬਹੁਤ ਚੰਗੀ ਗਰੋਥ ਕਰ ਰਿਹਾ ਆਜ਼ਮ। ਨਵਾ ਕੇ ਆਜ਼ਮ ਨੂੰ ਰਿੰਗ 'ਚ ਛੱਡ ਦਿੱਤਾ ਸੀ ਵੀ ਥੋੜ੍ਹੀ ਜਿਹੀ ਧੁੱਪ ਲੱਗੀ ਹੈ ਅਤੇ ਘੁੰਮ ਫਿਰ ਲਵੇ। ਲਓ ਜੀ ਸਾਡੇ ਅੱਜ ਭਰਾ ਆਏ ਨੇ, ਸਾਡੇ ਦੋਸਤ ਆਏ ਨੇ ਗੰਗਾਨਗਰ ਤੋਂ। ਸਾਹਮਣੇ ਸਰਦਾਰ ਜੀ ਖੜ੍ਹੇ ਨੇ, ਅਨਮੋਲ ਸਿੰਘ ਜੀ। ਇਹ ਲੈਣ ਆਏ ਨੇ ਜੀ ਅੱਜ ਮੂਰਤ ਨੂੰ। ਦੋਸਤੋ ਮੂਰਤ ਜਾ ਰਿਹਾ ਨਵੇਂ ਘਰ। ਬਿਲਕੁਲ ਮੂਰਤ ਅਸੀਂ ਪੰਜਾਬ ਤੋਂ ਗੰਗਾਨਗਰ ਭੇਜ ਰਹੇ ਹਾਂ ਜੀ। ਸਾਡੇ ਅੰਕਲ ਨੇ ਜੀ ਸਰਦਾਰ ਸੁਰਿੰਦਰਪਾਲ ਸਿੰਘ ਜੀ USA ਤੋਂ, ਉਹਨਾਂ ਨੇ ਸਾਡੇ ਤੋਂ ਮੂਰਤ ਲੈ ਲਿਆ ਅਤੇ ਅੱਜ ਮੂਰਤ ਨੂੰ ਲੈਣ ਵਾਸਤੇ ਆਏ ਹੋਏ ਨੇ। ਇਹ ਹੈ ਜੀ ਸਰਦਾਰ ਸੁਰਿੰਦਰਪਾਲ ਸਿੰਘ ਜੀ, ਸਾਡੇ ਅੰਕਲ ਜੀ। ਇਹਨਾਂ ਨੇ ਮੂਰਤ ਨੂੰ ਖਰੀਦ ਲਿਆ ਅਤੇ ਮੂਰਤ ਜਾ ਰਿਹਾ ਨਵੇਂ ਘਰ। ਸਾਹਮਣੇ ਦੋਸਤ ਆ ਕੇ ਖੜ੍ਹੇ ਨੇ, ਮੈਂ ਤਾਂ ਆਪਣੇ ਕੰਮ 'ਤੇ ਲੱਗਾ ਹੋਇਆ ਸੀ ਮੂਰਤ ਨੂੰ, ਸਾਡਾ ਨੁਕਰਾ ਵਛੇਰਾ ਆਜ਼ਮ ਉਹਨੂੰ ਘੁਮਾ ਰਹੇ ਸੀਗੇ। ਇਹ ਹੈ ਜੀ ਮੂਰਤ। ਮੂਰਤ ਨੂੰ ਸਵੇਰੇ ਵੱਡੇ ਭਾਅ ਜੀ ਹੁਣਾਂ ਨੇ ਸਾਫ਼ ਸਫਾਈ ਕਰਕੇ ਵਧੀਆ ਨਵਾ ਧਵਾ ਕੇ ਤਿਆਰ ਕਰ ਦਿੱਤਾ। ਦੇਖੋ ਦੋਸਤੋ ਤੁਸੀਂ ਵੇਖ ਰਹੇ ਹੋ ਸਾਡਾ ਖੂਬਸੂਰਤ ਵਛੇਰਾ ਮੂਰਤ। ਮੂਰਤ ਇੱਕ ਘੋੜਾ ਹੀ ਬਣ ਗਿਆ, ਘੋੜੇ ਦੀ ਤਰ੍ਹਾਂ ਲੱਗਣ ਲੱਗ ਗਿਆ। ਉਮਰ ਕੋਈ 19 ਮਹੀਨੇ ਦੀ ਹੋ ਗਈ ਹੈ। ਸੋਹਣੀ ਹਾਈਟ ਕਰ ਗਿਆ, ਸੋਹਣਾ ਤਿਆਰ ਹੈ। ਛੋਟਾ ਜਿਹਾ ਲਿਆਂਦਾ ਸੀ ਮੂਰਤ, ਅਸੀਂ ਬਹੁਤ ਸੇਵਾ ਕਰਕੇ ਮਿਹਨਤ ਕਰਕੇ ਇਹਨੂੰ ਪਾਲਿਆ, ਇੰਨਾ ਸੋਹਣਾ ਕੀਤਾ। ਅਤੇ ਦੋਸਤੋ ਦੱਸਣਾ ਚਾਹੂੰਗਾ ਕਿ ਗੰਗਾਨਗਰ ਜਾ ਰਿਹਾ ਹੈ ਮੂਰਤ। ਉੱਥੇ ਜਾ ਕੇ ਬਰੀਡਿੰਗ ਵਾਸਤੇ ਬਹੁਤ ਜਲਦੀ ਓਪਨ ਕਰ ਦਿੱਤਾ ਜਾਊਗਾ। ਆਉਣ ਵਾਲੇ ਸੀਜ਼ਨ ਦੇ ਵਿੱਚ, ਫਰਵਰੀ ਮਾਰਚ ਦੇ ਵਿੱਚ, ਤੁਸੀਂ ਮੂਰਤ ਤੋਂ ਘੋੜੀਆਂ ਕ੍ਰੋਸ ਕਰਾ ਸਕਦੇ ਹੋ। ਇਹਦੀ ਮਾਰਕਿੰਗ ਦਾ ਸਾਰਿਆਂ ਨੂੰ ਪਤਾ ਹੈ ਕਿ ਇਹਦਾ ਸਿਰਫ ਬਲੇਜ਼ ਹੈ, ਸਿਰਫ ਪਟਾ ਹੈ, ਬਾਕੀ ਪੂਰਾ ਕਾਲਾ, ਪੂਰਾ ਸ਼ਾਹ ਕਾਲਾ ਘੋੜਾ ਹੈ, ਪੈਰ ਵੀ ਕਾਲੇ ਹੈ। ਬਹੁਤ ਚੰਗੀ ਕਨਫਰਮੇਸ਼ਨ ਦਾ, ਇਹਦੀ ਮਾਂ ਰਤਨਾਕਰ ਬਲੱਡ ਲਾਈਨ ਤੋਂ ਹੈ, ਸ਼ਿਵਰਾਜ ਸ਼ੇਖਰੇ ਵਾਲੇ ਦੀ ਹੈ ਇਹਦੀ ਮਾਂ। ਆਪ ਹੈ ਖੁਆਬ ਦਾ ਅਤੇ ਖੁਆਬ ਹੈ ਆਲੀਸ਼ਾਨ ਦਾ ਜੀ। ਦੋਸਤੋ ਬਹੁਤ ਚੰਗੀ ਬਲੱਡ ਲਾਈਨ ਦਾ ਵਛੇਰਾ ਹੈ ਮੂਰਤ, ਬਹੁਤ ਚੰਗੀ ਗਰੋਥ ਕਰ ਗਿਆ। ਲਓ ਜੀ ਟਾਈਮ ਹੋ ਗਿਆ ਮੂਰਤ ਦਾ ਰੱਸਾ ਨਵੇਂ ਮਾਲਕ ਦੇ ਹੱਥ ਫੜਾਉਣ ਦਾ। ਅਰਦਾਸ ਕਰਦੇ ਹਾਂ ਉਸ ਪਰਮਾਤਮਾ ਦੇ ਅੱਗੇ ਕਿ ਪਰਮਾਤਮਾ ਮੂਰਤ ਨੂੰ ਖੁਸ਼ ਰੱਖੇ, ਇਹਨੂੰ ਲੰਮੀ ਉਮਰ ਬਖਸ਼ੇ, ਇਹਦੇ ਮਾਲਕਾਂ ਦੇ ਨਾਲ ਇਹਦਾ ਪਿਆਰ ਬਣਾ ਕੇ ਰੱਖੇ। ਦੇਖੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਵੋਇਸ ਓਵਰ ਦੇ ਰਿਹਾ ਪਰ ਮੇਰੇ ਕੋਲ ਬੋਲਿਆ ਨਹੀਂ ਜਾ ਰਿਹਾ। ਜਿਹੜੀ ਚੀਜ਼ ਨਾਲ ਤੁਹਾਨੂੰ ਪਿਆਰ ਹੁੰਦਾ ਹੈ ਉਹ ਜਦੋਂ ਤੁਹਾਡੇ ਤੋਂ ਥੋੜ੍ਹੀ ਦੂਰ ਹੁੰਦੀ ਹੈ ਤਾਂ ਮਹਿਸੂਸ ਤਾਂ ਹੁੰਦਾ ਹੈ। ਛੋਟਾ ਜਿਹਾ ਲਿਆਂਦਾ ਸੀ ਅਸੀਂ ਮੂਰਤ, ਬਹੁਤ ਪਿਆਰ ਨਾਲ ਪਾਲਿਆ, ਬਹੁਤ ਜ਼ਿਆਦਾ ਲਗਾਵ ਸੀ। ਹਮੇਸ਼ਾ ਇਹਨੂੰ ਦੇਖਣਾ ਚੰਗਾ ਲੱਗਦਾ ਸੀ ਜਦੋਂ ਵੀ ਫਾਰਮ 'ਤੇ ਆਉਂਦੇ ਸੀ, ਇਹਨੂੰ ਇਹਦੇ ਕਮਰੇ 'ਚ ਦੇਖਣਾ, ਇਹਨੂੰ ਹੱਥ ਲਗਾਉਣਾ, ਇਹਨੂੰ ਕੁਛ ਖਾਣ ਨੂੰ ਦੇਣਾ।
ਦੀ ਸਾਫ਼ ਸਫਾਈ ਕਰਨੀ, ਇਹਨੂੰ ਘੁਮਾਉਣਾ, ਬਹੁਤ ਚੰਗਾ ਲੱਗਦਾ ਸੀ। ਪਰ ਚਲੋ, ਸਾਡੀ ਤਾਂ ਰੁਟੀਨ ਹੈ ਕਿ ਅਸੀਂ ਸ਼ੁਰੂ ਤੋਂ ਕੰਮ ਕਰਦੇ ਹਾਂ, ਵਪਾਰ ਦਾ ਘੋੜਿਆਂ ਨੂੰ ਵੇਚਦੇ ਹਾਂ, ਖਰੀਦਦੇ ਹਾਂ। ਪਰ ਮੂਰਤ ਨੂੰ ਸ਼ਾਇਦ ਆਪਾਂ ਘੋੜਾ ਬਣਾਉਣ ਵਾਸਤੇ ਲਿਆਂਦਾ ਸੀ, ਪਰ ਜਦੋਂ ਕੋਈ ਦੋਸਤ, ਕੋਈ ਸੱਜਣ, ਕੋਈ ਭਰਾ ਸਾਡੇ ਨਾਲ ਪ੍ਰੇਮ ਕਰਦੇ ਆ ਤਾਂ ਉਹ ਸਾਡੇ ਤੋਂ ਚੀਜ਼ ਮੰਗ ਲੈਂਦੇ ਆ ਕਿ ਨਹੀਂ ਸਾਨੂੰ ਇਹ ਦੇ ਦਿਓ, ਤਾਂ ਫਿਰ ਕੀ ਕਰ ਸਕਦੇ ਹਾਂ, ਦੇਣਾ ਪੈਂਦਾ। ਚਲੋ, ਮੂਰਤ ਨੂੰ ਜਿੱਥੇ ਮੂਰਤ ਜਾਏਗਾ ਇਹ ਖੁਸ਼ ਰਹੇ, ਇਹਨੂੰ ਉੱਥੇ ਵੀ ਦੇਖਣ ਜ਼ਰੂਰ ਜਾਵਾਂਗੇ। ਤਾਂ USA ਵਾਲੇ ਅੰਕਲ ਨੇ ਕਿਹਾ ਸੀ ਕਿ ਤੁਸੀਂ ਸਾਡੇ ਕੋਲ ਆਉਣਾ ਇੱਥੇ ਇੱਕ ਹਫ਼ਤੇ ਤੱਕ, ਅਤੇ ਮੂਰਤ ਦੇ ਨਵਾਂ ਘਰ ਦੇਖਣਾ ਅਤੇ ਇੱਥੇ ਵੀਡੀਓ ਜ਼ਰੂਰ ਬਣਾਉਣਾ। ਅੱਜ ਮੂਰਤ ਚੱਲਿਆ ਅਤੇ ਸੋਚਿਆ ਤੁਹਾਡੇ ਸਾਰਿਆਂ ਵਾਸਤੇ ਇੱਕ ਵੀਡੀਓ ਬਣਾਵਾਂ, ਤੁਹਾਨੂੰ ਦਿਖਾਵਾਂ ਕਿ ਮੂਰਤ ਜਾ ਰਿਹਾ। ਫਿਰ ਜਲਦੀ ਦੋਸਤੋ, ਹਫ਼ਤੇ ਕੁ ਤੱਕ ਮੂਰਤ ਦੇ ਕੋਲ ਉਹਦੇ ਨਵੇਂ ਘਰ ਜਾਵਾਂਗੇ। ਇਹ ਹੈ ਜੀ ਮੂਰਤ ਅਤੇ ਨਾਲ ਖੁਆਬ, ਬਾਪ ਅਤੇ ਬੇਟਾ। ਆਹ ਦੇਖੋ, ਜਦੋਂ ਮੂਰਤ ਛੋਟਾ ਜਿਹਾ ਸੀ ਲਿਆਂਦਾ ਸੀ। ਜੀ ਹਾਂ ਦੋਸਤੋ, ਨਵੇਂ ਘਰ ਜਾ ਕੇ ਵੀ ਮੂਰਤ ਨੂੰ ਸ਼ੂਟ ਕਰਾਂਗੇ, ਨਵਾਂ ਘਰ ਵੀ ਦਿਖਾਵਾਂਗੇ, ਮੂਰਤ ਦਾ ਹਾਲ ਚਾਲ ਵੀ ਦੇਖਾਂਗੇ। ਤਕਰੀਬਨ ਕੋਈ 1.5 ਸਾਲ ਤੋਂ ਮੂਰਤ ਸਾਡੇ ਕੋਲ ਹੈ, 1.5 ਸਾਲ ਤੋਂ ਅਸੀਂ ਇਹਨੂੰ ਪਾਲ ਰਹੇ ਹਾਂ, ਇਹਨੂੰ ਪਿਆਰ ਕਰ ਰਹੇ ਹਾਂ, ਇਹਦੇ ਨਾਲ ਦਿਲ ਲੱਗਿਆ ਹੋਇਆ। ਇਹ ਹੈ ਜੀ ਸਾਡੇ ਵੱਡੇ ਵੀਰ ਜੀ ਬਲਜੀਤ ਸ਼ਾਹ ਜੀ। ਮੇਰੇ ਨਾਲੋਂ ਜ਼ਿਆਦਾ ਸਮਾਂ ਇਹਨਾਂ ਨੇ ਮੂਰਤ ਨੂੰ ਦਿੱਤਾ, ਕਿਉਂਕਿ ਮੈਂ ਤਾਂ ਫੋਟੋਗ੍ਰਾਫੀ ਲਈ ਜਾਂ ਹੋਰ ਕੰਮ ਵਾਲੀ ਚਲੇ ਜਾਂਦਾ, ਕਈ ਕਈ ਦਿਨ ਬਾਹਰ ਰਹਿੰਦਾ। ਇਹ ਹਮੇਸ਼ਾ ਮੂਰਤ ਦੇ ਕੋਲ ਰਹਿੰਦੇ ਸੀ, ਰਾਤ ਦਿਨ ਨੂੰ ਦੇਖਦੇ ਸੀ, ਉਹਨੂੰ ਪਿਆਰ ਕਰਦੇ ਸੀ। ਜਦੋਂ ਕਿਸੇ ਨੂੰ ਦਿਲ ਦੇ ਨਾਲ ਆਪਾਂ ਪਾਲਦੇ ਹਾਂ, ਕਰਦੇ ਹਾਂ, ਉਹਦੇ ਦੂਰ ਜਾਣ ਦਾ ਦੁੱਖ ਤਾਂ ਜ਼ਰੂਰ ਹੁੰਦਾ, ਪਰ ਖੁਸ਼ੀ ਵੀ ਹੁੰਦੀ ਹੈ ਕਿ ਨਵੇਂ ਨਵੇਂ ਸੱਜਣ, ਨਵੇਂ ਨਵੇਂ ਭਰਾ ਦੋਸਤ ਘੋੜਿਆਂ ਕਰਕੇ ਸਾਨੂੰ ਮਿਲ ਰਹੇ ਹੈ। ਸਾਡੇ ਘੋੜਿਆਂ ਨੂੰ ਵੀ ਨਵੀਂ ਜਗ੍ਹਾ ਜਾਣ ਦਾ ਮੌਕਾ ਮਿਲ ਰਿਹਾ, ਨਵੇਂ ਪਰਿਵਾਰ 'ਚ ਜਾਣ ਦਾ ਮੌਕਾ ਮਿਲ ਰਿਹਾ। ਦੇਖੋ, ਮੈਨੂੰ ਨਹੀਂ ਲੱਗਦਾ ਇਸ ਤੋਂ ਪਹਿਲਾਂ ਮੂਰਤ ਨੂੰ ਕਿਤੇ ਗੱਡੀ 'ਤੇ ਚੜਾਇਆ ਹੈਗਾ। ਇੱਕ ਵਾਰ ਸਾਡੇ ਨਾਲ ਮੰਡੀ ਗਿਆ ਸੀ, ਕੋਈ 2 ਸਾਲ ਪਹਿਲਾਂ, ਉਦੋਂ ਇਹ ਗੱਡੀ 'ਤੇ ਗਿਆ ਸੀ। 1.5-2 ਸਾਲ ਬਾਅਦ ਇਹ ਗੱਡੀ 'ਚ ਚੜ੍ਹਿਆ ਅਤੇ ਬੜੇ ਆਰਾਮ ਨਾਲ ਅੰਦਰ ਚਲੇ ਗਏ, ਕਿਉਂਕਿ ਪਰਮਾਤਮਾ ਦੀ ਮਰਜ਼ੀ ਹੈ, ਘੋੜੇ ਦੇ ਮਨ ਮਿਹਰ ਪਈ ਹੈ। ਤਾਂ ਦੇਖੋ, ਬਿਲਕੁਲ ਨਹੀਂ ਡਰਿਆ, ਕੋਈ ਜਿੱਦ ਨਹੀਂ ਕੀਤੀ, ਆਰਾਮ ਨਾਲ ਲੋਡ ਹੋ ਗਿਆ। ਅਤੇ ਮੂਰਤ ਨੂੰ ਲੋਡ ਕਰਾਉਣ ਤੋਂ ਬਾਅਦ ਜਿਹੜੇ ਭਰਾ ਸਾਡੇ ਗੰਗਾਨਗਰ ਤੋਂ ਆਏ ਸੀ, ਉਹਨਾਂ ਨਾਲ ਫੋਟੋਆਂ ਖਿਚਵਾਈਆਂ। ਸਾਡੇ ਫਾਰਮ 'ਤੇ ਕੰਮ ਕਰਦੇ ਨੇ ਅਜਮੇਰ ਸਿੰਘ, ਇਹਨਾਂ ਦੇ ਵੀ ਫੈਨ ਨੇ ਅਨਮੋਲ ਸਿੰਘ ਹੁਣੀ। ਫਿਰ ਸਾਡੇ ਨਾਲ ਸਾਰਿਆਂ ਨਾਲ ਫੋਟੋ ਕਰਾ ਕੇ, ਬੱਚੇ ਨੂੰ ਲੋਡ ਕਰਾ ਕੇ ਚਲੇ ਗਏ। ਲਓ ਜੀ, ਜਾਣ ਦਾ ਟਾਈਮ ਹੋ ਗਿਆ, ਉਹ ਮੂਰਤ ਦੀ ਗੱਡੀ ਵੀ ਜਾ ਰਹੀ ਹੈ, ਹੁਣ ਟਾਟਾ ਕਹਿਣ ਦਾ ਟਾਈਮ ਆ ਗਿਆ।